ਮਾਈਕ ਸਾਫ ਕੀਤੇ ਠੀਕ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅੱਲਾਹੁਮਾ ਕੁੱਲੇ ਵਲੀਯਕਲ ਹੁਜਤ ਇਬਨ ਅਲ ਹਸਨ ਅਲੈਹਿ ਸਲਾਮ ਸਲਵਾਤੁਕਾ ਅਲੈਹਿ ਵਅਲਾ ਅਬਾਈਹਿ ਫੀ ਹਾਜ਼ਿਹਿ ਸਾਅਤ ਵਫੀ ਕੁੱਲੇ ਸਾਅਤ ਮਿਨ ਸਾਅਤਿ ਲੈਲਿ ਵਨਹਾਰ ਵਲੀਯਮ ਵਹਾਫਿਜ਼ਮ ਵਕਾਇਦਮ ਵਨਾਸਿਰਾ ਬਦਲੀਲਮ ਮੈਨਨ ਹਤਾ ਤੁਸਕਨਹੂ ਵਰਜ਼ਕਤਮ ਵਤੁਮਤਿਆਹੂ ਫੀਹਾ ਤਵੀਲਾ ਯਾ ਰੱਬ ਮੁਹੰਮਦ ਵਾਲੇ ਮੁਹੰਮਦ ਅਲੈਹਿ ਸਲਾਮ ਮੋਮਿਨੀਨ ਮੋਮਿਨਾਤ ਦਾ ਟੁਰ ਆਇਆ ਕਬੂਲ ਔਰ ਮਨਜ਼ੂਰ ਫਰਮਾ ਆਮੀਨ। ਆਖੋ ਯਾਰ ਮੈਂ ਤੁਹਾਡੇ ਸਭ ਵਾਸਤੇ ਦੁਆ ਮੰਗ ਰਿਹਾ। ਲੋਕ ਤਾਂ ਮਿੰਨਤਾਂ ਕਰਦੇ ਨੇ ਮੇਰੇ ਵਾਸਤੇ ਮੰਗੀ ਮੇਰੇ ਵਾਸਤੇ ਮੰਗੀ, ਮੈਂ ਬਗੈਰ ਆਖਣ ਦੇ ਸਭ ਵਾਸਤੇ ਮੰਗ ਰਿਹਾ। ਮੇਰਾ ਮਾਲਿਕ ਵਾਸਤੇ ਅੱਜ ਦੀ ਰਾਤ ਦੀਆਂ ਖੁਸ਼ੀਆਂ ਦਾ, ਅਲੀ ਅਕਬਰ ਸ਼ਹਿਨਸ਼ਾਹ ਦੀ ਪਾਕ ਆਮਦ ਦੇ ਸਦਕੇ ਜਿਹੜੇ ਮੋਮਿਨੀਨ ਪਰੇਸ਼ਾਨ ਨੇ ਪਰੇਸ਼ਾਨੀਆਂ ਦੂਰ ਫਰਮਾ, ਮੇਰੇ ਮਾਲਿਕ ਵਾਸਤੇ ਇੱਜ਼ਤ ਏ ਜ਼ਹਰਾ ਦਾ, ਜਿਨ੍ਹਾਂ ਜਿਨ੍ਹਾਂ ਮੇਰੇ ਜ਼ਿੰਮਾ ਦੁਆਵਾਂ ਲਾਈਆਂ ਨੇ ਉਹਨਾਂ ਦੁਆਵਾਂ ਨੂੰ ਕਬੂਲ ਔਰ ਮਨਜ਼ੂਰ ਫਰਮਾ। ਮੇਰਾ ਮੌਲਾ ਬਾਨੀਆਂ ਨੇ ਜਸ਼ਨ ਜਿਨ੍ਹਾਂ ਖਰਚਾ ਖਰਾਜਾਤ ਕੀਤਾ ਹੈ, ਨਾਸਿਰ ਅਬਾਸ ਇੱਜ਼ਤ ਮਾਪ ਬਾਈ ਨਾਸਿਰ ਅਬਾਸ ਦੇ ਰਿਜ਼ਕ ਇੱਜ਼ਤ ਮਾਲ ਔਰ ਜਾਨ ਚ ਇਜ਼ਾਫਾ ਫਰਮਾ। ਮੇਰੇ ਮਾਲਿਕ ਸਾਨੇ ਪਿਸ਼ਾਵਰ ਜਿਤਨੇ ਵੀ ਅਜ਼ਾਦਾਰ ਅਲੀ ਅਲੀ ਕਰਦੇ ਨਮਾਜ਼ ਵਿੱਚ ਦੁਨੀਆ ਤੋਂ ਗਏ, ਮੇਰੇ ਮਾਲਿਕ ਸ਼ਹੀਦ ਹਨ, ਉਹਨਾਂ ਸ਼ਹੀਦਾਂ ਦੇ ਦਰਜਾਤ ਬੁਲੰਦ ਫਰਮਾ। ਮੇਰੇ ਮਾਲਿਕ ਸਾਰੇ ਅਮਲ ਦੀ ਵਜ੍ਹਾ ਨਾਲ ਨਹੀਂ, ਆਪਣੇ ਫਜ਼ਲ ਔਰ ਕਰਮ ਦੀ ਵਜ੍ਹਾ ਨਾਲ ਜਲਦ ਬਾਰ ਮੈਂ ਬਾਦਸ਼ਾਹ ਦਾ ਜ਼ਹੂਰ ਫਰਮਾ। ਜਿਤਨੀ ਦਿਲਾਂ 'ਚ ਇੱਜ਼ਤ ਏ ਜ਼ਹਰਾ ਬੁਲੰਦ ਹੈ ਉਤਨੀ ਬੁਲੰਦ ਸਲਵਾਰ ਨਾਰੇ ਤਕਬੀਰ ਨਹੀਂ ਇੰਝ ਨਹੀਂ ਯਾਰ, ਜਸ਼ਨ ਵਾਲਾ ਨਾਰਾ ਹੋਵੇ ਦੋਵੇਂ ਹੱਥ ਆ ਕੇ ਨਾਰੇ ਤਕਬੀਰ ਨਹੀਂ, ਅਜਣੀ ਕੁਝ ਬੰਦਿਆਂ ਹੱਥ ਨਹੀਂ ਚਾਹੇ, ਅੱਲਾ ਦਾ ਨਾਮ ਲਵੀਏ ਚਾਵੀਏ ਰਿਜ਼ਕ 'ਚ ਇਜ਼ਾਫਾ ਹੁੰਦਾ ਹੈ, ਪਰੇਸ਼ਾਨੀਆਂ ਮੁੱਕ ਜਾਂਦੀਆਂ ਹਨ, ਬੇ ਔਲਾਦਾਂ ਨੂੰ ਔਲਾਦ ਮਿਲ ਜਾਂਦੀ ਹੈ। ਦੋਵੇਂ ਹੱਥ ਆ ਕੇ ਪੂਰੀ ਤਾਕਤ ਨਾਲ ਨਾਰੇ ਤਕਬੀਰ ਨਾਰੇ ਰਿਸਾਲਤ ਨਾਰੇ ਦਰੀ ਹੁਸੈਨੀਅਤ ਹੁਸੈਨੀਅਤ ਯਜ਼ੀਦੀਅਤ ਯਜ਼ੀਦੀਅਤ ਅਹਿਲੇ ਬੈਤ ਦੇ ਦੁਸ਼ਮਣਾਂ ਤੇ ਲਾਨਤ ਮੁਹੰਮਦ ਵਾਲੇ ਮੁਹੰਮਦ ਦੀ ਜ਼ਾਤ ਤੇ ਬੁਲੰਦ ਤਰ ਸਲਵਾਤ। ਮਾਲਿਕ ਤੁਹਾਨੂੰ ਬਸ ਜਾ ਰਹੇ ਸਭ ਤੋਂ ਪਹਿਲੇ ਤਮਾਮ ਮਵਾਲੀਆਂ ਨੇ ਹੈਦਰ ਕਰਾਰ ਨੂੰ ਮੌਲਾ ਦੀ ਆਮਦ ਬਹੁਤ ਬਹੁਤ ਮੁਬਾਰਕ ਹੋਵੇ, ਖੈਰ ਮੁਬਾਰਕ ਸਾਹਿਬ ਮਾਲਿਕ ਤੁਹਾਨੂੰ ਬਸ ਜਾ ਰਹੇ ਬਾਈ ਜਾਨ, ਇਹ ਪਾਕਾਂ ਦੀ ਮੁਬਾਰਕ ਮਿਲੇ ਤਾਂ ਵਸੂਲ ਕਰਿਆ ਕਰੋ, ਕਿਉਂਕਿ ਬਖਤ ਵਾਲਾ ਬੰਦਾ ਹੋਵੇ ਤਾਂ ਵੱਧ ਸਾਦਾਤ ਦੀ ਮੁਬਾਰਕ ਮਿਲਦੀ ਹੈ। ਹਾਂ ਹਰ ਕਿਸੇ ਦੇ ਨਸੀਬ ਵਿੱਚ ਨਹੀਂ, ਮੈਂ ਬਿਸ਼ਮਿਲ੍ਲਾ ਕਰਾਂ। ਮਾਲਿਕ ਤੁਹਾਨੂੰ ਬਸ ਜਾ ਰੱਖਿਓ ਲੋ ਜੀ, ਇਜਾਜ਼ਤ ਹੋਵੇ ਤਾਂ ਜਸ਼ਨ ਪਾਕ ਸ਼ੁਰੂ ਕਰੀਏ। ਸਫ਼ਰ ਢੇਰ ਸਾਰਾ ਕੀਤਾ ਹੈ, ਜ਼ਿਲ੍ਹਾ ਮੇਰਾ ਸਿਆਲਕੋਟ ਹੈ, ਉੱਥੋਂ ਸਫ਼ਰ ਕਰਕੇ ਆਇਆ ਤੁਹਾਡੇ ਵਾਸਤੇ, 10 ਘੰਟੇ ਹੋ ਗਏ ਸਫ਼ਰ ਕਰਦਿਆਂ, ਹੁਕਮ ਆਈ ਤਮੀਲ ਹੋ ਗਈ ਤੁਹਾਡੇ ਚਿਹਰਿਆਂ ਦੀ ਜ਼ਿਆਰਤ। ਲਓ ਜੀ ਮੈਂ ਰੁਬਾਈ ਪੜ੍ਹਨਾ ਅਤੇ ਅੱਜ ਵੇਖਦਾ ਫਾਜ਼ਲਪੁਰ ਵਾਲੇ ਕਿਵੇਂ ਸੁਣਦੇ। ਆਦਾ ਪੀਆ ਮਾਏ ਸ਼ਾਬਾਨ ਕੀ 15 ਤਾਰੀਖ ਕੋ ਚੌਦਵਾਂ ਚਾਂਦ ਲੈ ਕੇ ਚਮਕ ਆ ਗਿਆ, ਜਿਹੜਾ ਇਮਾਮੇ ਜ਼ਮਾਨਾ ਦੇ ਨੌਕਰ ਹੋਇਆ, ਜਿਹੜਾ ਇਮਾਮੇ ਜ਼ਮਾਨਾ ਨਹੀਂ ਮਿਲੇ, ਜਿਹੜਾ ਇਮਾਮੇ ਜ਼ਮਾਨਾ ਦੇ ਨੌਕਰ ਸਿਪਾਹੀ ਏ ਫੌਜ ਦਾ, ਦੋਵੇਂ ਹੱਥ ਚ ਆ ਕੇ ਪੂਰੀ ਤਾਕਤ ਨਾਲ ਹੈਦਰੀ। ਮਾਲਿਕ ਮਾਲਿਕ ਹੁਸੈਨ ਤੁਹਾਨੂੰ ਬਸ ਦੋ ਹੱਥ ਕਹਿਣ ਦੇ ਮੁਹਤਾਜ ਨਾ ਹੋ, ਮੈਂ ਬਿਸਮਿਲ੍ਲਾ ਕਰਾਂ। ਮਾਏ ਸ਼ਾਬਾਨ ਕੀ 15 ਤਾਰੀਖ ਕੋ ਚੌਦਵਾਂ ਚਾਂਦ ਲੈ ਕੇ ਚਮਕ ਆ ਗਿਆ। ਲਓ ਜੀ ਬਾਈ ਜਾਨ ਜਿਹੜੇ ਇੰਜ ਕਰਦੇ ਹੋ ਫਾਜ਼ਲਪੁਰ ਵਾਲੇ ਅਲੀ ਦੀ ਕਿਸਮ, ਇਹ ਜਿਹੜਾ ਇੰਜ ਨਾ ਇਹਦਾ ਕੋਈ ਮਤਲਬ ਨਹੀਂ, ਇਹ ਨਾ ਹਾਂ ਹੈ ਤੇ ਨਾ ਹੈ,
ਚਲੋ ਥੋੜ੍ਹੀ ਜ਼ਿੰਦਗੀ ਦਰਾ ਜ਼ੇਦ ਵਾਲੇ ਨਾਲ ਮੇਰੀ ਗੱਲ ਨਹੀਂ, ਮੈਂ ਜਿਸ ਨੇ ਚਾਹਦਾ ਰਾਨਾ ਜਿਸ ਦਾ ਅਲੀ ਨਾਲ ਤਾਲੁਕ ਹੈ ਉਸ ਦਾ ਹੱਥ ਔਰ ਜ਼ਬਾਨ ਗਵਾਹੀ ਦੇਵੇ। ਹਾਂ ਜਿਸ ਦਾ ਅਲੀ ਨਾਲ ਕੋਈ ਤਾਲੁਕ ਨਹੀਂ ਉਹ ਬੇਸ਼ੱਕ ਨਾ ਬੋਲੇ, ਨਾ ਅਲੀ ਨੂੰ ਉਸ ਦੇ ਬੋਲਣ ਦੀ ਕੋਈ ਜ਼ਰੂਰਤ ਹੈ। ਫਾਜ਼ਲਪੁਰ ਵਾਲੇ ਵਾਲੇ ਉਹ ਮਿੰਬਰ ਤੇ ਮੇਰਾ ਹੱਥ ਹੈ, ਅਲੀ ਦੀ ਕਸਮ ਹੈ ਹਰ ਜ਼ਬਾਨ ਦਾ ਨਸੀਬ ਹੀ ਨਹੀਂ ਅਲੀ ਦੇ ਜ਼ਿਕਰ 'ਚ ਬੋਲੇ। ਕਿਉਂ? ਕਿਉਂਕਿ ਯਾ ਅਲੀ ਕਹਿਣੇ ਕੀ ਤੌਫੀਕ ਖੁਦਾ ਦੇਤਾ ਹੈ। ਜਿਹੜੇ ਕੈਮਰੇ ਦੇ ਪਿੱਛੋਂ ਭਾਈ ਜਾਨ ਤੁਸੀਂ ਆਪਣੀ ਇਮਾਨਦਾਰੀ ਨਾਲ ਬੋਲਣਾ, ਮਾਏ ਸਾਹਿਬਾਨ ਕੀ 15 ਤਾਰੀਖ ਕੋ 14ਵਾਂ ਚਾਂਦ ਲੈ ਕੇ ਚਮਕ ਆ ਗਿਆ, ਮੁਨਕਰੋਂ ਕੀ ਸਫੋਂ ਮੇਂ ਹੈ ਬੇਚੈਨੀਆਂ, ਕਿਉਂਕਿ ਹੱਦਦਾਰੇ ਬਾਗੇ ਫਿਦਾ 'ਚ ਆ ਗਿਆ। ਚੌਦਵਾਂ ਚਾਂਦ ਲੈ ਕੇ ਚਮਕ ਆ ਗਿਆ, ਮੁਨਕਰੋਂ ਕੀ ਸਫੋਂ ਮੇਂ ਹੈ ਬੇਚੈਨੀਆਂ, ਕਿਉਂਕਿ ਹੱਕਦਾਰੇ ਬਾਗੇ ਫਿਦਕ ਆ ਗਿਆ। ਅਦਬੀਆਂ ਬਣ ਕੇ ਅਕਸੇ ਜਲੀ ਅਕਸੇ ਮੌਲਾ ਅਲੀ ਆਖਰੀ ਮੁਸਤਫਾ ਕੀ ਝਲਕ ਆ ਗਏ। ਓਏ ਹੋਏ ਮੈਂ ਸਦਕੇ ਹੋ ਮਾਲਕ ਤੋਂ ਮੈਂ ਬਿਸਮਿਲ੍ਲਾ ਕਰ ਮਾਲਕ ਤੁਹਾਨੂੰ ਵਸ ਜਾ ਬਣ ਕੇ ਅਕਸੇ ਜਲੀ ਅਕਸੇ ਮੌਲਾ ਅਲੀ ਆਖਰੀ ਮੁਸਤਫਾ ਕੀ ਝਲਕ ਆ ਗਿਆ, ਆਜ ਬਾਤਿਲ ਛੁਪਾਏਗਾ ਮੂੰਹ ਕੋ ਕਹਾਂ, ਆਜ ਧਰਤੀ ਕੇ ਸੀਨੇ ਪੇ ਹੱਕ ਆ ਗਿਆ। ਸਦਕੇ ਤੁਹਾਡੀ ਕਿਆ ਬਾਤ, ਹੁਸੈਨ ਵਸ ਜਾ ਮਾਲਕ ਤੁਹਾਨੂੰ ਵਸ ਲਓ ਜੀ, ਥੱਕ ਤਾਂ ਨਹੀਂ ਗਏ ਹਾਲੇ ਤਾਂ ਜਸ਼ਨ ਹੁਣ ਸ਼ੁਰੂ ਹੋਇਆ ਯਾਰ, ਥੱਕਣ ਦਾ ਟਾਈਮ ਤਾਂ ਕੋਈ ਨਹੀਂ, ਠੀਕ ਹੈ ਫਰੈਸ਼ ਫਰੈਸ਼ ਬੈਠੇ ਹੋ, ਚਿਹਰੇ ਵੀ ਖਿਲੇ ਪਏ। ਚਲੋ ਇਜਾਜ਼ਤ ਹੋਵੇ ਤਾਂ ਮੈਂ ਥੋੜ੍ਹਾ ਜਿਹਾ ਕੁਰਾਨ ਸੁਣਾਵਾਂ, ਤੁਸੀਂ ਇੱਕ ਦਫ਼ਾ ਸਲਵਾਤ ਇਵੇਂ ਪੜ੍ਹੋ ਜਿਵੇਂ ਅਲੀ ਦੇ ਨੌਕਰ ਪੜ੍ਹਦੇ ਨੇ। ਚਲੋ ਤੁਹਾਡੀ ਜ਼ਿੰਦਗੀ ਦਰਾਜ਼ ਲਓ ਜੀ, ਸਰ ਜਾ ਕੇ ਵੇਖਿਆ ਬਾਈ ਜਾਨ ਮੇਰੇ ਪਾਸ, ਮਾਲਕ ਤੁਹਾਨੂੰ ਕਹਿਣ ਦਾ ਮੁਹਤਾਜ ਨਾ ਕਰੇ,
आधा पिया खाना है। आए हाय हाय यार साउंड तेरा बेहतरीन चल रहा है, कमाल है। ते मोमन आज बैठे भी कमाल ने, बोल भी कमाल रहे। मैं बिस्मिल्लाह करा, ए खाना है हक के, ए क्या है यार बोलो तो सही यार। फाजलपुर वाले वाले सिर ढेर लांदे, बोल दे थोड़ा। नहीं इंज नहीं, थोड़ा जहा मुंह बोलो यार, एडी दूरों आया थोड़ा तो मेहमान आ। इंज ने एक दफा जशन है, दोवें हाथ चाके पूरी ताकत नाल हैदरी आयली आयली आधा पिया खाना थोड़े हाथ किसी दे मोहताज ना। खाना है मैं विष्णु मौल की कसम है हक यार वो आधा पिया खाना है हक में लगी दिल की भुजा मनाने आले अहमद को जलाने आए। हाय 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 हाजरी रजान अलमास हो गया कि ना हतन हुसैन किसे का मोहताज न कर। या अली मैं बिस्मिल्ला करा और दुश्मनाने आले अहमद को जलाने यार थोड़ा जब बोलोगे तो लुत्फ आएगा। और दुश्मनाने आले अहमद को जलाने नहीं एक दफा सारे बोलो यार और दुश्मनाने आले अहमद को जलाने आए हैं आधा पिया हाजते हाजते हम सब की पूरी कीजिएगा या खुदा। लो जी मौला अली कसम में उम्मीद तो ज्यादा तुसी मेरे नाल बोल रहे हो, मैंने जितनी उम्मीद आई उस तो ज्यादा बोलो। वाकई तुहानू बोलन दा ढा आउंदा है, वाकई सुनन दा ही ढा आउंदा है। चलो इजाजत होवे सही कसीदे शुरू करिए। चलो भाई जान बाण दो मालिक वसदा रखे। तुस मेरे पास वेखो, मैं थोड़ी मुहब्बत वास्ते आया कि अगे भी ड्यूटियां देनियां, मालिक तुहानू वसदा रखे। इला ख्याल मौला तुहानू सलामत रखे। लो जी कसीदे करिए शुरू सर। लो जी फाजलपुर जज निजाम ही अजीब, इधरों आने बिस्मिल्ला, इधरों सुभान अल्लाह, और पिछों आने इन्ना लिल्ला। जशन 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 एक नहीं यार, एक नारा ऐसा लाओ कि थोड़ी आवाज करबला तक पहुंचे। सखी हुसैन एक नारे का तोहफा पेश करो, जितनी ताकत अब्बास ने दिती है उतनी ताकत नाल हुसैन मास्टर मालिक बस। लो जी पहले कसीदा शहजादा अली अकबर दा, बात अगे फिर लैन जाने तो हुसैन जाने, ठीक है। जे जवान बैठो यार तुहाडे ही सदा जशन है। लो सर चक वे क्या है, सारे जहां तो बखराए हैदर दा खान वादा, सारे जहां तो बखराए हैदर दा खान वादा, सारे जहां तो बखराए हैदर दा खान वादा, सारे जहां तो जियो हैदर दा खान वादा, सारे जहां तो बखराए 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 हैदर दा खान वादा, सारे जहां फाजलपुर वाले आ लियो मिंबर दी कसम है अपने तो नाज नहीं सैयद दे जिक्र दे नाज है। हां सच्चा के देख के सारे जहां तो बखराए हैदर दा खान वादा, सारे जहां रख रहे हैं दर दखान वादा, सारे जहां तो रख रहे
ਲੈ ਕੇ ਧੰਨਵਾਦਾ ਸਾਰੇ ਜਹਾਂ ਤੂੰ ਹੋਰ ਹੈਦਰ ਦਾ ਖਾਨਵਾਦਾ ਕਿਤਨਾ ਹੈ ਅਜ਼ੀਮ ਜੱਗ ਤੇ ਕਿਤਨਾ ਹੈ ਅਜ਼ੀਮ ਜੱਗ ਤੇ ਸ਼ਬੀਰ ਦਾ ਸ਼ਹਜ਼ਾਦਾ ਮੈਂ ਬਿਸਮਿਲ੍ਲਾ ਕਰਾਂ ਗਜ਼ਲ ਫਰਮਾਈ ਜ਼ਿੰਦਗੀ ਦਰਾਜ਼ ਹੁਸੈਨ ਵਜ਼ਾ ਰੱਖੀ ਤੁਹਾਡੇ ਕਿਆ ਕਹਿਣੇ ਅੱਛਾ ਬਲਵਾਲ ਚੋਂ ਮੈਂ ਅੱਜ ਨਿਕਲਿਆ ਤਕਰੀਬਨ 12 ਵਜੇ ਅਤੇ ਮੈਂ ਦੌੜ ਲਾ ਕੇ ਆਇਆ ਜ਼ਹਿਰ ਪੀਰ ਉਤਰਿਆ ਇੰਟਰਚੇਂਜ ਤੋਂ ਅਤੇ ਤੁਹਾਡੇ ਇਲਾਕੇ 'ਚ ਪਹੁੰਚ ਗਿਆ ਰਸਤੇ 'ਚ ਮੇਰਾ ਇੱਕ ਸੋਜੀ ਸੈਦ ਹੀ ਹੈ ਉਹ ਥੋੜ੍ਹਾ ਜਿਹਾ ਬਿਮਾਰ ਹੋ ਗਿਆ ਉਹ ਜਾ ਕੇ ਮੇਰੇ ਵਾਸਤੇ ਦੁਆ ਕਰਵਾਵੇ ਤੁਸੀਂ ਦੁਆ ਕਰੋ ਉਹ ਮੁਲਤਾਨ ਰੁਕ ਗਿਆ ਕਿਉਂਕਿ ਮੈਂ ਇਹਦੇ ਬਾਅਦ ਮੁਲਤਾਨ ਪੜ੍ਹਨਾ ਅਤੇ ਉਹ ਉੱਥੇ ਰੁਕ ਗਏ ਤੁਸੀਂ ਦੁਆ ਕਰਨੀ ਕਿ ਮੌਲਾ ਉਸਨੂੰ ਸਿਹਤ ਦੇਵੇ ਸੱਚਾ ਕੇ ਵੇਖਿਆ ਪੂਰੀ ਤਵੱਜੋ ਦੇ ਨਾਲ ਕਿਤਨਾ ਹੈ ਅਜ਼ੀਮ ਜੱਗ ਤੇ ਸ਼ਬੀਰ ਦਾ ਯਾਰ ਬੋਲੋ ਦੱਸੇ ਸ਼ਬੀਰ ਦਾ ਸ਼ਹਜ਼ਾਦਾ ਆਓ ਮੈਂ ਤੁਹਾਨੂੰ ਲਾਈਨ ਸੁਣਾਉਣ ਲੱਗਾ ਕਦੀਰ ਗੋਰੀ ਦੀ ਲਾਈਨ ਸੁਣਿਆ ਹੈ ਹਰ ਬੰਦੇ ਦੇ ਚਿਹਰੇ 'ਤੇ ਮੇਰੀ ਨਿਗਾਹ ਹੈ ਪੂਰੀ ਤਵੱਜੋ ਦੇ ਨਾਲ ਅਰਸ਼ੇ ਔਲਾ ਤੇਰੀ ਦੀ ਤਸਵੀਰ ਰੱਬ ਬਣਾਈ ਹੁਸੈਨ ਨੂੰ ਚੰਗੇ ਲੱਗਦੇ ਕਿਉਂਕਿ ਅਲੀ ਅਕਬਰ ਦੀ ਸ਼ਾਨ ਚੋੜਦੇ ਪਏ ਕਿਉਂਕਿ ਹੁਸੈਨ ਖੁਸ਼ ਹੈ ਅਲੀ ਅਕਬਰ ਨੂੰ ਵੇਖ ਕੇ ਦੋਵੇਂ ਹੱਥ ਚਾਉ ਹੈਦਰ ਹੈਦਰ ਮੈਂ ਸਦਕੇ ਮੈਂ ਸਦਕੇ ਜਮਾ ਸਰ ਚੱਕ ਮੈਂ ਬਿਸਮਿਲ੍ਲਾ ਕਰਾਂ ਮਾਲਿਕ ਤੁਹਾਨੂੰ ਵਜ਼ਰ ਰੱਖੇ ਸਰ ਚੱਕ ਵੇਖੇ ਪੂਰੀ ਤਵੱਜੋ ਨਾਲ ਅਰਸ਼ੇ ਔਲਾ ਮੈਂ ਸਦਕੇ ਹੋ ਜਾਵਾਂ ਜਿਵੇਂ ਬਿਸਮਿਲ੍ਲਾ ਮਾਲਿਕ ਵਸਰ ਤੁਹਾਡੇ ਕਿਆ ਕਹਿ ਤੁਹਾਡੇ ਕਿਆ ਕਹਿ ਰਾਤ ਅੱਲਾ ਦੇ ਲੂਣੇ ਵਾਲੇ ਦਾ ਜਸ਼ਨ ਆਈ ਅਤੇ ਮੈਂ ਲੂਣੇ 'ਚ ਪੜ੍ਹ ਰਿਹਾ ਸੀ ਆਖਰ 'ਤੇ ਮੈਂ ਪੜ੍ਹਿਆ ਮੌਲਾ ਦੀ ਕਸਮ ਇਤਨਾ ਪਿੰਡਾ ਲਈ ਇਹ ਜਿਹੜਾ ਸ਼ੇਰ ਹੁਣ ਸੁਣਾਉਣ ਲੱਗਾ ਨਾ ਉਹਨਾਂ ਇਵੇਂ ਦਾਤ ਦਿੱਤੀ ਮਾਲਿਕ ਜ਼ਿੰਦਗੀ ਦਰਾਜ਼ ਕਰ ਉਹਨਾਂ ਇਵੇਂ ਦਾਤ ਦਿੱਤੀ ਹੈ ਉਹਨਾਂ ਦੀ ਦਾਤ ਹਾਲੇ ਤੱਕ ਫਾਜ਼ਲਪੁਰ ਵਾਲੇ ਉਹ ਮੇਰੇ ਕੰਨਾਂ 'ਤੇ ਗੂੰਜ ਰਹੀ ਹੈ ਚਲੋ ਅੱਜ ਵੇਖਦੇ ਹਾਂ ਫਾਜ਼ਲਪੁਰ ਵਾਲੇ ਕਿਵੇਂ ਇਸਤਕਬਾਲ ਕਰਦੇ ਬਾਈ ਜਾਨ ਸਾਡੇ ਜ਼ਿਲ੍ਹਿਆਂ ਵਿੱਚ ਫਰਕ ਹੋ ਸਕਦਾ ਹੈ ਅਕੀਦਿਆਂ 'ਚ ਫਰਕ ਨਹੀਂ ਹਾਂ ਹਾਂ ਸਾਰੇ ਹੁਸੈਨ ਦੇ ਨੌਕਰ ਜੀ ਮੈਂ ਬਿਸਮਿਲ੍ਲਾ ਮੈਂ ਬਿਸਮਿਲ੍ਲਾ ਕਰਾਂ ਸਰ ਚੱਕ ਵੇਖੇ ਮੌਲਾ ਦੀ ਕਸਮ ਏ ਸ਼ੇਰ ਏਡਾ ਵੱਡਾ ਸੁਣਾਉਣ ਲੱਗਾ ਮਵਾਲੀਆਂ ਦੇ ਹਾਂ ਠਰ ਲੱਗਾ ਸਰ ਚੱਕ ਵੇਖੇ ਪੂਰੀ ਤਵੱਜ ਦੇ ਨਾਲ ਜ਼ਹਰਾ ਦੇ ਪਾਕ ਬਚਣੇ ਦਾ ਬਚਣਾ ਜਹਾਂ ਤੇ ਆਇਆ ਮੈਂ ਸਦਕੇ ਹੋ ਜਾਵਾਂ ਮੈਂ ਸਦਕੇ ਹੋ ਜਾਵਾਂ ਯਾਰ ਜੇ ਸਲੇ ਜੇ ਸਨਾ ਲਾਇਕ ਨਾਰਾ ਲਾਓ ਫਾਜ਼ਲਪੁਰ ਵਾਲਿਆਂ ਵਾਲਿਓ ਮੈਨੂੰ ਪਤਾ ਲੱਗੇ ਫਾਜ਼ਲਪੁਰ ਵਾਲਿਆਂ ਵਾਲੇ ਵੱਡਾ ਜਸ਼ਨ ਮਨਾ ਰਹੇ ਨੇ ਐਸਾ ਲਾਓ ਆਵਾਜ਼ ਕਰਬਲਾ ਤੱਕ ਜਾਵੇ ਲਓ ਜੀ ਗਜ਼ਲ ਫਰਮਾਈ ਮੈਂ ਕਿਹਾ ਆਵਾਜ਼ ਕਰਬਲਾ ਤੱਕ ਜਾਵੇ ਇਹ ਜ਼ਹਿਰ ਪੀਰ ਤੱਕ ਹੀ ਨਹੀਂ ਗਈ ਸਾਰੇ ਨਹੀਂ ਨਹੀਂ ਹਰ ਕੁਝ ਬੰਦੇ ਹੱਥ ਹੀ ਨਹੀਂ ਚਾਰੇ ਸਾਰੇ ਮਾਲਿਕ ਵਸਦਾ ਰੱਖੇ ਮੌਲਾ ਜ਼ਿੰਦਗੀ ਅਦਰਾ ਇਵੇਂ ਨਹੀਂ ਯਾਰ ਜਿਹੜਾ ਨਾਰਾ ਵੱਡਾ ਲਾਏਗਾ ਹੁਸੈਨ ਬਾਦਸ਼ਾਹ ਉਹਨੂੰ ਜਲਦੀ ਕਰਬਲਾ ਬੁਲਾਵੇਗਾ ਦੋਵੇਂ ਹੱਥ ਚਾ ਕੇ ਪੂਰੀ ਤਾਕਤ ਨਾਲ
ਤਾਰ ਛੋਟੀ ਮੈਂ ਬਿਸ਼ਮਿਲਾ ਮਾਲਿਕ ਤੁਹਾਨੂੰ ਮਜ਼ਾ ਰੱਖੇ ਜੀ ਨਿਕਲੋ ਜੀ ਰਾਜੀ ਬੈਠੇ ਹੋ ਰਾਜੀ ਬੈਠੇ ਹੋ ਫਾਜ਼ਲਪੁਰ ਵਾਲੇ ਆਲਿਓ ਸਰਚ ਅੱਗੇ ਵੇਖਿਆ ਪੂਰੀ ਤਵੱਜੋ ਦੇ ਨਾਲ ਜਿਵੇਂ ਫਾਜ਼ਲ ਬੋਲਿਆ ਅਲੀ ਦੀ ਕਸਮ ਹੈ ਸੁਣਾ ਨਾ ਬੋਲਦੇ ਮਾਲਿਕ ਦਾ ਨਮਸਕਾਰ ਸਾਰੇ 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 ਅਲੀ ਅਲੀ ਗਰਮ ਹੁਸੈਨ ਤੁਹਾਨੂੰ ਮਸਰ ਮਾਲਿਕ ਤੁਹਾਨੂੰ ਮਸਰ ਲਓ ਜੀ ਪਹਿਲਾਂ ਕਸੀਦਾ ਪੜ੍ਹ ਕੇ ਮੈਂ ਚੈੱਕ ਕੀਤਾ ਕਿ ਤੁਹਾਡਾ ਮਿਜ਼ਾਜ ਕਿਵੇਂ ਕਸੀਦਾ ਤਾਂ ਮੈਂ ਹੁਣ ਸ਼ੁਰੂ ਕਰਨ ਲੱਗਾ ਸਾਰਿਆਂ ਦੀ ਮਰਜ਼ੀ ਹੈ ਸਾਰਿਆਂ ਦੀ ਮਰਜ਼ੀ ਪਾਈ ਜਾਣ ਜਿਹਨਾਂ ਦੀ ਨਹੀਂ ਮਰਜ਼ੀ ਹੱਥ ਖੜਾ ਕਰੋ ਮੈਂ ਕਿਹਾ ਤਵੱਜੋ ਚੈੱਕ ਕਰੀਏ ਨਾ ਫਿਰ ਮਾਲਿਕ ਤੁਹਾਨੂੰ ਮਸ ਹੁਸੈਨ ਮਸਜਿਦ ਮੈਂ ਸਦਕੇ ਜਾ ਕਿਹੜੇ ਮਹਿਮਾਨ ਨਵਾਜ ਹੁਸੈਨ ਮਸਜਿਦ ਇੰਝ ਨਹੀਂ ਇੰਝ ਨਹੀਂ ਦੋਵੇਂ ਹੱਥ ਚਾ ਕੇ ਪੂਰੀ ਤਾਕਤ ਨਾਲ ਬੋਲੋ ਅਲੀ ਲਾਲ ਕਲੰਦਰ ਲਈ ਸੁਣੇ 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 ਇਹ ਚਾਰ ਸ਼ਬਾਂ ਸੁਣਾਵਾਂ ਕਸੀਦਾ ਮੌਲਾ ਗਾਜ਼ੀ ਦਾ ਮੈਂ ਹੁਣ ਵੇਖਾਂ ਕਿਹੜਾ ਅੱਬਾਸ ਦਾ ਨੌਕਰ ਏ ਜਿਹੜਾ ਗਾਜ਼ੀ ਦਾ ਜਸ਼ਨ ਮਨਾਉਂਦਾ ਹੈ ਪੂਰੀ ਤਵੱਜੋ ਦੇ ਨਾਲ ਇਹ ਚਾਰ ਸ਼ਬਾਂ ਨਾਈ ਇਹ ਮੋਮਨਾ ਦੀਆ ਸਾਇਆ ਤੇ ਜੱਗ ਤੇ ਅੱਬਾਸ ਆਇਆ ਖੁਸ਼ ਸਾਦਾ ਦੀਪ ਹੁਰਾ ਸਾਇਆ ਤੇ ਜਗ ਤੇ ਅੱਬਾਸ ਜਿਹੜਾ ਗਾਜ਼ੀ ਦਾ ਨੌਕਰ ਉਹ ਚ ਬੋਲੋ ਹੈਦਰੀ ਸਾਰੇ ਸਾਰੇ ਮੈਂ ਬਿਸ਼ਮਿਲਾ ਕਰਾਂ ਮਾਲਿਕ ਵਸ ਰੱਖੇ ਸਰ ਚੱਗ ਵੇਖੇ ਤੇ ਖੁਸ਼ ਸਾਦਾ ਸਾਇਆ ਤੇ ਜਗ ਤੇ ਅੱਬਾਸ
सरचा के वेख्या अली दी कसम अगर हुसैन मैनू पर देंदे ते कदीर गौरी अज हवा च परवाज करके अब्बास सखी दी शान दी आमद दियां लाइनां सुणांदा हुण बंदा केड़ा है भाई जिहड़े इधर बैठे हो यार तुसां भी थोड़ा जिहा रलिया है तुसां भी बोलिया है तुसां ही जशन च शामिल हो सरचा के वेख्या है कोई तमहीद नहीं कोई तशरी नहीं डायरेक्शन सुना लगा हां भाई जितनी अता हो सी उतनी दे सो सरचा के वेख्या है पूरी तवज्जो दे नाल अगर फरदेसानी इतने हो ना तो फिर शेर यार बोलो तो जी मैं बिस्मिल्ला करा उससे महमूद रजा गौरी डसके वाले था मैं बेटा मालिक दोनों बस रखे मैं बिस्म अच्छा मैं बिस्मिल्ला करा मैं हाजिर मैं नौकरा थोड़ा सर चा के वेख्या
میں بسملہ کر میں بسملہ مولا دی قسم اے سونے مہمان نواز لوگ ہیں اے مہمان نوازی سونی کر رہے ہیں اے تا دن مڑ پڑو اے جڑے فرنٹ والے آ دن مڑ پڑو پیچھے والے غصے نال ویندے سارے نہیں مرضی ہوگی تو پڑا ایک نعرہ ایسا لاؤ کہ آواز کربلا تک پہنچے دوویں ہاتھ چا کے میں بسم اللہ کر مالک تھوڑی زندگی دراز کر حسین مسجد رکھ لو جی بزرگو تسا ناراض نہیں ہونا سید تو نہیں تسی اچھا ایک منٹ اٹھ کے کھلو گئے ایک منٹ تسا بھی حسین دے نوکر میں بھی حسین دے نوکر اے نہ مولا غازی دا قصیدہ سنے میں پڑھ رہا سن دے پہ تسا ایک لازہ کھلو گئے تے تسا ویکھنے جیڑیاں لائنہ میں ہون پڑھ لگا نا میں بسم اللہ میں بسم اللہ میں بسم اللہ میں بسم اللہ بڑی زندگی درا مالک بس زرک مالک بس زرکے سر چگ ویکھے میرے پاس میں بسم اللہ میں بسم اللہ سائیں نوکر سائیں صحیح تاں دے نوکر سائیں میں بسم اللہ میں بسم اللہ صدر آ گیا جی انجمن جعفریہ صدر انجمن جعفریہ صدا سیدان دے تے گھر دی خوشی ہے ہاں اسی کا انہاں دے نال منا رہے ہیں اصل تے خوشی انہاں دی ہے سر جا کے ویکھے میرے پاس پوری توجہ نال لو جی بزرگو مالک تانوں زندگی دے مولا دی قسم ہے انہاں نے بڑا سونا سنے بزرگو تساں ناراض نہیں ہونا ایک لازا کھلونا ایک لازا ایک میں بسم اللہ ایک لازا تساں ویکھنا ہے میں پڑھن لگا لائن میں سید زادہ اجازت لے کے میں پڑھن لگا لائن جتنا عباس سخی دا قصیدہ پڑھے آئے فاضل پور آلے آلے منو ممبر دی قسم ہے ایک پاسے جڑی ہون لائن قدیر گوری پڑھن لگا ہے میں ویکھا بندہ کیڑا ہے جڑا عباس دی شان تے بولدا نہیں سر جا کے ویکھیا ہے پوری توجہ دے نال آ کے زہرا دی تھی میں بسم اللہ کراں آؤ تانوں شیر سناواں پوری توجہ دے نال آکھے دہرا
ਕਰੀਏ ਸਾਡੀਆਂ ਇੱਜ਼ਤਾਂ ਦਾ ਹੈ ਕਦਰ ਸ਼ਨਾਸਾਇਆ ਤੇ ਜਗ ਤੇ ਅੱਬਾ ਸ਼ੁਰੂ ਕਰੀਏ ਸਹੀ ਮਾਲਿਕ ਤੁਹਾਨੂੰ ਵਸਦਰ ਅੱਛਾ ਫਿਰ ਪੜਾ ਜ਼ੋਰ ਬੜਾ ਲੱਗਦਾ ਸਾਰਿਆਂ ਦੀ ਮਰਜ਼ੀ ਹੋਵੇ ਤਾਂ ਪੜਾ ਚਲੋ ਬਾਤ ਇੱਕ ਨਾਰਾ ਲਾਓ ਐਸਾ ਦਿਲ ਕਰੇ ਬਾਤ ਪੜਨ ਤੇ ਮੈਂ ਬਿਸਮਿਲਾ ਕਰਾਂ ਪੂਰੀ ਤਵੱਜ ਦੇ ਨਾਲ ਮੋਮਨ ਦਾ ਚਿਹਰਾ ਵੇਖਣਾ ਸਵਾਬ ਹੈ ਮੋਮਨ ਦਾ ਚਿਹਰਾ ਵੇਖਣਾ ਸਵਾਬ ਹੈ ਇੱਕ ਵਾਰੀ ਇੱਕ ਦੂਜੇ ਦੇ ਪਾਸੇ ਤੇ ਵੇਖੋ ਵੇਖੋ ਤਾਂ ਸਹੀ ਲੜੇ ਤੇ ਨਹੀਂ ਵੇਖੇ ਮੈਂ ਬਿਸ਼ ਮਿਲਾ ਤੁਹਾਡੀ ਜ਼ਿੰਦਗੀ ਦਰਾਜ਼ ਹੋ ਇੱਕ ਦਫਾ ਇੱਕ ਦੂਜੇ ਦੇ ਪਾਸੇ ਵੇਖੋ ਮੈਂ ਸਹੀ ਗਜ਼ਨ ਫਰਮਾਈ ਅੱਛਾ ਹਾਜ਼ਰ ਮਾਲਿਕ ਤੋਂ ਬਾਦ ਹੁਸੈਨ ਤੋਂ ਬਸ ਜੀ ਹੁਸੈਨ ਸਖੀ ਬਸ ਲੋ ਜੀ ਮੈਨੂੰ ਅਲੀ ਦੀ ਕਸਮ ਹੈ ਐਸਾ ਮੋਹਰ ਵਾਲਾ ਕਸੀਦਾ ਤੁਹਾਨੂੰ ਸੁਣਾਉਣ ਲੱਗਾ ਲੋ ਜਿਹੜੇ ਹੁਣ ਤੱਕ ਰਹਿ ਗਏ ਨੇ ਨਹੀਂ ਬੋਲ ਸਕੇ ਬੋਲੇ ਸਾਰੇ ਹੋ ਲੇਕਿਨ ਜਿਹੜੇ ਨਹੀਂ ਬੋਲ ਸਕੇ ਇਵੇਂ ਇੱਕ ਲਮਹਾ ਮੇਰੇ ਪਾਸੇ ਵੇਖਿਆ ਹੈ ਅਤੇ ਮੈਂ ਪਹਿਲੀ ਲਾਈਨ 'ਤੇ ਹੀ ਪਤਾ ਲੱਗ ਜਾਣਾ ਕਸੀਦਾ ਤੁਸੀਂ ਕਿਵੇਂ ਸੁਣਨਾ ਹੈ ਅਤੇ ਮੈਂ ਕਿਵੇਂ ਪੜ੍ਹਨਾ ਹੈ ਹਾਂ ਮੇਰਾ ਮਾਲਿਕ ਮੰਗਣ ਤੋਂ ਪਹਿਲੇ ਅਤਾ ਕਰਨ ਸਰ ਚੱਕ ਵੇਖਿਆ ਪੂਰੀ ਤਵੱਜੋ ਨਾਲ ਮੇਰਾ ਰੋਸ਼ਨ ਸਿਤਾਰਾ ਹੁਸੈਨ ਸ਼ੇਰ ਨਹੀਂ ਬੱਬਰ ਸ਼ੇਰ ਸਿਤਾਰਾ ਹੁਸੈਨ ਹੈ ਯਾਰ ਬੋਲੋ ਤਾਂ ਸਹੀ ਸਹਾਰਾ ਹੁਸੈਨ ਹੈ ਸਿਤਾਰਾ ਹੁਸੈਨ ਹੈ ਸਹਾਰਾ ਹੁਸੈਨ ਹੈ ਲੋ ਜੀ ਕਾਫੀ ਹੈ ਸਿਤਾਰਾ ਸਹਾਰਾ ਰਦੀਫ ਹੈ ਹੁਸੈਨ ਹੈ ਰਦੀਫ ਉਸਨੂੰ ਆਦਿਨ ਜਿਹੜਾ ਬਾਰ ਬਾਰ ਆਵੇ ਤੇ ਕਾਫੀਆ ਰਦੀਫ ਦਾ ਲੁਤਫ ਲੈਣਾ ਹੈ ਆਓ ਮੇਰੇ ਪਾਸ ਦੇਖਿਆ ਹੈ ਤਾਂ ਤਕਦੀਰ
گوری پیاد ہے دوزخ میں کون جائے گا جنت کسے عطا ہوگی دوزخ میں کون جائے گا سب جب جنت کسے عطا ہوگی ہوگا وہی جو محشر میں شبیر کی رضا ہوگی ہوگا وہی جو ستارہ حسین ہے سہارا حسین ہے آؤ قدیر گوری دی اللہ نہ سنے دوزخ میں کون جائے گا جنت کسے عطا ہوگی دوزخ میں کون جائے گا جنت کسے عطا ہوگی ہوگا وہی جو محشر میں شبیر کی رضا ہوگی ہوگا وہی جو محشر میں آخری شیر بجم سر چا کے ویکھے آخری شیر تے مولا دی قسم ہے ببر شیر لو بجم میں اے شیر پڑھ کے سلام کرن لگا سر چا کے ویکھے آئے میں بعد ملتان ہی پڑھنا ہے یہ تھوڑیاں دعاواں نال ڈیوٹیاں دے رہے ہیں سر چا کے ویکھے آئے مولا دی قسم ہے بجم غزن پر بھائی میں جتنا فضائل پڑھے ہیں نا وہ ایک پاس ہے اے جڑا ہون شیر پڑھ لگا نا فاضل پورا لے آلے ہوئے کلہ ہیک پاسے اگر میں نے حسین دین دے پار پھر میں حواج پرواز کر کے سنا دا کیونکہ گلی ایک بڑیے آؤ سنے پوری توجہ دینا سمجھو حسین منی کو یعنی کہ مصطفیٰ ہے یہ بولے یار بولے یار ایمینی جیسے نارا نارا اچھا بولو ہے مسد کیوں جوان مسد کیوں جوان سر چکوے کے پوری توجہ دینا سمجھو حسین منی کو یعنی کہ مصطفیٰ ہے یہ سمجھو حسین منی کو یعنی کہ مصطفیٰ ہے یہ اکبر شبیہ مرسل ہے سمجھو کہ کیا ہوا ہے یہ اکبر سر چکوے میں دھمال ایک کو شیر ٹھیک ہے جی لو جی سارے دی مرضی ہوئے تو پڑھا موضوع دا پڑھا لگا یار حسین تو نے وسجہ رکھے چلو ہر بندے دے چہرے تے میری نگاہ تو سجیشن سونا سنے لیکن قدیر گوری ہون کسی دا پڑھن لگے ٹھیک ہے جی تے پڑھن میں تواڈی محبت واسطے لگا ٹھیک ہے جی ہاں 1500 دی میں لگا دی میرا جے 1500 دی میں لگا دی میرا جے 1500 دی میں لگا